ਈਵਨ ਕਿ ਯੂਨੀਵਰਸਿਟੀਆਂ ਕਾਲਜ ਵੀ ਸ਼ਟਡਾਊਨ ਹੋ ਚੁੱਕੇ ਆ, ਬੰਦ ਹੈ। ਘਬਰਾਉਣ ਵਾਲੀ ਕੋਈ ਲੋੜ ਨਹੀਂ, ਜਦੋਂ ਵੀ ਇਹ ਕੰਮ ਠੀਕ ਹੋਵੇਗਾ ਉਦਾਂ ਹੀ ਪ੍ਰੋਸੈਸ ਸਟ੍ਰੀਮਲਾਈਨ ਹੋ ਜਾਏਗਾ। ਕੋਰੋਨਾ ਵਾਇਰਸ ਦੇ ਨਾਲ ਅਸਰ ਤਾਂ ਸਾਰੀ ਇੰਡਸਟਰੀ 'ਤੇ ਪੈ ਗਿਆ ਹੈ। ਅਗਰ ਵੀਜ਼ਾ ਦੀ ਗੱਲ ਕਰੀਏ ਤਾਂ ਵੀਜ਼ਾ 'ਤੇ ਉਹਨਾਂ ਜ਼ਿਆਦਾ ਅਸਰ ਨਹੀਂ ਹੈਗਾ। ਸਟੂਡੈਂਟ ਨੂੰ ਬਿਲਕੁਲ ਆਪਣੀ ਫਾਈਲ ਰੋਕਣੀ ਨਹੀਂ ਚਾਹੀਦੀ, ਦੇ ਸ਼ੁੱਡ ਗੋ ਐਂਡ ਪ੍ਰੋਸੈਸ ਇਟ ਵਿਦ ਇਨ 2 ਵੀਕਸ। ਸਾਰਿਆਂ ਦਾ ਸਾਂਝਾ ਹੋ ਜਾਏਗਾ ਕਿ ਵੀ ਜੇ ਅੱਗੇ ਕੰਟੀਨਿਊ ਕਰਦਾ ਹੈ ਬਲੋਕੇਜ ਕਿ ਨਹੀਂ। ਥੋੜ੍ਹਾ ਬਹੁਤ ਇਫੈਕਟ ਹੈ ਜਿਹੜਾ ਕਿ ਸਾਰੀ ਇਮੀਗ੍ਰੇਸ਼ਨ ਕੰਪਨੀ ਆਰਾਮ ਨਾਲ ਮੈਨੇਜ ਕਰ ਸਕਦੇ। ਸਟੂਡੈਂਟਸ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ। ਇਹ ਟਾਈਮ ਹੈਗਾ ਕਿ ਸਾਨੂੰ ਪ੍ਰੀਕੋਸ਼ਨ ਲੈਣੀ ਚਾਹੀਦੀ ਹੈ, ਉਹਦੇ ਨਾਲ ਕੀ ਹੋਏਗਾ ਕਿ ਹਰ ਇੱਕ ਦੀ ਸੇਫਟੀ ਇੰਪੋਰਟੈਂਟ ਹੈ। ਦੈਟ ਡਜ਼ਨਟ ਮੀਨ ਕਿ ਉਹਨਾਂ ਨੇ ਰਿਸਟ੍ਰਿਕਸ਼ਨ ਲਗਾ ਦਿੱਤੀ, ਇਟ ਇਜ਼ ਦੀ ਆਈਸੋਲੇਸ਼ਨ ਹੈ। ਟਿਕਟਿੰਗ ਦਾ ਬਿਜ਼ਨਸ ਸੀ, ਟੂਰ ਪੈਕੇਜਸ ਦਾ ਸੀਗਾ, ਇਹਨੂੰ ਤਾਂ ਬਹੁਤ ਵੱਡਾ ਜਿਹੜਾ ਫਰਕ ਪਿਆ ਆ। ਥੋੜ੍ਹਾ ਜਿਹੜਾ ਹੈਗਾ ਸਮਾਂ ਰੁਕ ਕੇ ਹੀ ਤੁਹਾਨੂੰ ਟਰੈਵਲ ਕਰਨਾ ਚਾਹੀਦਾ, ਜਿੰਨੇ ਟਾਈਮ 'ਚ ਆਪਣੇ ਹਾਲਾਤ ਜਿਹੜੇ ਥੋੜ੍ਹੇ ਸੁਧਰ ਨਹੀਂ ਜਾਂਦੇ। ਹਾਂਜੀ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਰੋਨਾ ਵਾਇਰਸ ਦੇ ਕਰਕੇ ਕਈ ਤਰ੍ਹਾਂ ਦੇ ਜੋ ਵੀਜ਼ਾਜ਼ ਉੱਪਰ ਰੋਕ ਲੱਗ ਗਈ ਹੈ, ਜੋ ਕਾਫੀ ਫਲਾਈਟਸ ਜੋ ਹੈ ਕੈਂਸਲ ਕਰ ਦਿੱਤੀਆਂ ਗਈਆਂ ਨੇ, ਅਤੇ ਪਰ ਹੁਣ ਜੋ ਹੈ ਕਿ ਸਟੂਡੈਂਟਸ ਦੇ ਵਿੱਚ ਕਾਫੀ ਪੈਨਿਕ ਕ੍ਰੀਏਟ ਹੈ, ਜੋ ਕਿ ਆਲਰੇਡੀ ਪ੍ਰੋਸੈਸ ਦੇ ਵਿੱਚ ਹੈ, ਜਿਨ੍ਹਾਂ ਦੀ ਫਾਈਲਸ ਉਹਨਾਂ ਦੇ ਦਿਮਾਗ ਵਿੱਚ ਬਹੁਤ ਜ਼ਿਆਦਾ ਸਵਾਲ ਨੇ ਕਿ ਅਸੀਂ ਹੁਣ ਕਦੋਂ ਆਪਣਾ ਪ੍ਰੋਸੈਸ ਪੂਰਾ ਕਰਕੇ ਵਿਦੇਸ਼ ਜਾ ਸਕਾਂਗੇ। ਅਤੇ ਇਹਨਾਂ ਸਾਰੇ ਸਵਾਲਾਂ ਬਾਰੇ ਜੋ ਵੀ ਸਟੂਡੈਂਟਸ ਦੇ ਮਨ ਵਿੱਚ ਸਵਾਲ ਨੇ, ਉਹ ਸਾਰੇ ਸਵਾਲਾਂ ਦੇ ਜਵਾਬ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਵਾਂਗੇ। ਅਤੇ ਸਾਡੇ ਨਾਲ ਮੌਜੂਦ ਨੇ ਜੀ ਓਮ ਗਲੋਬਲ ਤੋਂ ਮਿਸਟਰ ਰਮਨ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ। ਕਰੋਨਾ ਵਾਇਰਸ ਦਾ ਪੂਰੀ ਦੁਨੀਆ 'ਚ ਪ੍ਰਕੋਪ ਚੱਲ ਰਿਹਾ ਹੈ, ਸਟੂਡੈਂਟ ਸਾਰੀ ਇੰਡਸਟਰੀ ਯਾਨੀ ਕਿ ਚਾਹੇ ਉਹ ਸਟੂਡੈਂਟ ਹੈ ਕੋਈ ਵੀ ਹੈ, ਚਾਹੇ ਇੰਡੀਆ ਦੇ ਸਟੂਡੈਂਟ ਹੈ ਚਾਹੇ ਵਿਦੇਸ਼ੀ ਸਟੂਡੈਂਟ ਹੈ, ਘਬਰਾਏ ਹੋਏ ਆ ਵੀ ਕਿਉਂ ਫਿਊਚਰ ਹੋਊਗਾ ਉਹਨਾਂ ਦਾ। ਸੋ ਮੈਮ, ਜਿੱਦਾਂ ਤੁਸੀਂ ਬੋਲ ਰਹੇ ਸੀਗੇ ਵੀ ਸਟੂਡੈਂਟ ਵੀਜ਼ੇ 'ਤੇ ਜੋ ਵੀ ਵੀਜ਼ੇ ਲੱਗਣਗੇ ਜਾਂ ਟਰੈਵਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਆਈ ਥਿੰਕ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਜਾਂ ਜਿਨ੍ਹਾਂ ਦੀਆਂ ਫਾਈਲਾਂ ਪ੍ਰੋਸੈਸ 'ਚ ਆ, ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਜਾਂ ਜਿਨ੍ਹਾਂ ਦੇ ਇਨਟੇਕ ਜੋ ਕਿ ਕੈਨੇਡਾ ਦਾ ਮਈ ਇਨਟੇਕ ਹੈ ਜਾਂ ਆਸਟ੍ਰੇਲੀਆ ਦਾ ਮਾਰਚ ਇਨਟੇਕ ਹੈ, ਸੋ ਟਰੈਵਲ ਕਰਨ ਲਈ ਬੈਨ ਲੱਗਾ ਹੋਇਆ ਵੀ ਕੋਈ ਵੀ ਬੰਦਾ ਨੋਨ ਇਮੀਗ੍ਰੇਂਟਸ ਯਾਨੀ ਕਿ ਜਾਂ ਆਸਟ੍ਰੇਲੀਅਨ ਸਿਟੀਜ਼ਨ ਜਾਂ ਕੈਨੇਡੀਅਨ ਸਿਟੀਜ਼ਨ ਜਾਂ ਉਹ PR ਹੋਲਡਰ ਨਹੀਂ, ਉਹ ਟਰੈਵਲ ਨਹੀਂ ਕਰ ਸਕਦੇ, ਸੋਰੀ ਉਹ ਟਰੈਵਲ ਕਰ ਸਕਦੇ ਆ। ਈਵਨ ਜੇ ਤੁਸੀਂ ਸਟੂਡੈਂਟ ਵੀਜ਼ਾ ਜਾਂ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਜਾਂ ਕੋਈ ਵਰਕ ਪਰਮਿਟ ਹੈ ਤਾਂ ਤੁਸੀਂ ਕਦੇ ਵੀ ਟਰੈਵਲ ਨਹੀਂ ਕਰ ਸਕਦੇ ਜਿੰਨਾ ਚੱਕਰ ਉਹਨਾਂ ਦੇ ਵੱਲੋਂ ਨੋਟਿਸ ਨਹੀਂ ਆਉਂਦਾ। ਸੋ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਸਟੂਡੈਂਟ ਨੂੰ ਕਿ ਉਹਨਾਂ ਦੇ ਇਨਟੇਕ ਸਟਾਰਟ ਹੋ ਰਹੇ ਆ। ਈਵਨ ਕਿ ਯੂਨੀਵਰਸਿਟੀਆਂ ਕਾਲਜ ਵੀ ਸ਼ਟਡਾਊਨ ਹੋ ਚੁੱਕੇ ਆ, ਬੰਦ ਹੈ। ਮੌਂਟਰੀਅਲ ਲਗਾ ਲਓ, ਸਾਰਾ ਮੌਂਟਰੀਅਲ ਸਾਰੇ ਕਾਲਜ ਆਲਮੋਸਟ ਉਹਨਾਂ ਨੇ ਔਫ ਕਰ ਦਿੱਤੇ ਆ। ਓਨਟੋਰੀਆ ਦੇ ਕਾਲਜਸ, ਈਵਨ ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ, ਯੂਨੀਵਰਸਿਟੀਆਂ ਨੇ ਇਨਰੋਲਮੈਂਟ ਕੈਂਸਲ ਕਰ ਦਿੱਤੀਆਂ ਹੈ ਅਤੇ ਹੋਲਡ 'ਤੇ ਪਾ ਦਿੱਤੀਆਂ ਜਿਹੜੀਆਂ COE ਹੈ। ਸੋ ਸਟੂਡੈਂਟ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, UK ਨੇ ਵੀ ਸਾਰਾ ਕੁਛ ਇੱਦਾਂ ਹੀ ਕੀਤਾ ਹੋਇਆ ਹੈ। ਸੋ ਕੋਈ ਵੀ ਘਬਰਾਉਣ ਵਾਲੀ ਕੋਈ ਲੋੜ ਨਹੀਂ, ਜਦੋਂ ਵੀ ਇਹ ਕੰਮ ਠੀਕ ਹੋਵੇਗਾ ਉਦਾਂ ਹੀ ਪ੍ਰੋਸੈਸ ਸਟ੍ਰੀਮਲਾਈਨ ਹੋ ਜਾਏਗਾ। ਬਿਲਕੁਲ, ਅਗਰ ਅਸੀਂ ਗੱਲ ਕਰੀਏ ਕਿ ਓਫੀਸ਼ਲੀ ਕਿੰਨੀ ਡੇਟ ਤੱਕ ਆਪਾਂ ਮੰਨ ਸਕਦੇ ਹਾਂ ਕਿ ਹਲੇ ਨਹੀਂ ਪ੍ਰੋਸੈਸ ਕੁਛ ਹੋ ਸਕਦਾ? ਦੇਖੋ ਮੈਮ, ਓਫੀਸ਼ਲੀ ਨੋਟਿਸ ਨਹੀਂ ਆਇਆ ਵੀ ਕਿੰਨੀ ਡੇਟ ਤੱਕ ਹੈ, ਬਟ ਇਹ ਹੈ ਵੀ ਜਿੰਨਾ ਚਿਕਰ ਕੋਈ ਵੀ ਕੰਟਰੀ ਇਸ ਕਰੋਨਾ ਵਾਇਰਸ ਤੋਂ ਸਭ ਕੁਛ ਆਪਣਾ ਸਫਾਇਆ ਨਹੀਂ ਕਰ ਸਕਦੀ, ਉਹਨਾਂ ਚਿਕਰ ਉਸਦਾ ਕੋਈ ਨੋਟਿਸ ਨਹੀਂ ਆਇਆ ਵੀ ਹਾਂਜੀ ਇਸ ਡੇਟ ਤੱਕ ਟਿਲਡ ਜਦੋਂ ਤੱਕ ਇਹ ਚੱਲੂਗਾ ਉਦੋਂ ਤੱਕ ਉਹਨਾਂ ਦਾ ਸਫਾਇਆ ਨਹੀਂ ਹੋ ਸਕਦਾ, ਉਸ ਟਾਈਮ ਤੱਕ ਇਹ ਸਾਰਾ ਚੀਜ਼ਾਂ ਬੰਦ ਰਹਿਣਗੀਆਂ। ਅਗਰ ਅਗਲੇ ਇਨਟੇਕ ਦੀ ਗੱਲ ਕਰੀਏ, ਜੋ ਸਟੂਡੈਂਟਸ ਆਪਣਾ ਪ੍ਰੋਸੈਸ ਕੰਟੀਨਿਊ ਕਰ ਰਹੇ ਨੇ, ਉਹ ਕਰਦੇ ਰਹਿਣ ਹਲੇ ਆਪਣਾ ਪ੍ਰੋਸੈਸ? ਦੇਖੋ ਸਰ, ਮੈਮ ਜਿਹੜਾ ਆਪਾਂ ਮਈ ਇਨਟੇਕ ਕੈਨੇਡਾ 'ਚ ਮੋਸਟਲੀ ਮਈ ਇਨਟੇਕ ਬਹੁਤ ਆਲਮੋਸਟ ਕਲੋਜ਼ ਦੇ ਨੇੜੇ ਸੀਗਾ, ਬਟ ਫਿਰ ਵੀ ਜੋ ਬੱਚੇ ਸੋਚ ਰਹੇ ਸੀ ਮਈ ਇਨਟੇਕ ਲਈ ਜਿਨ੍ਹਾਂ ਦੀ ਔਫਰਸ ਆ ਚੁੱਕੇ ਆ ਜਾਂ LOA ਆ ਚੁੱਕੇ ਆ ਜਾਂ ਉਹਨਾਂ ਦੀਆਂ ਫਾਈਲਾਂ ਅੰਬੈਸੀ ਜਾਣੀਆਂ, ਉਹ ਅਪਲਾਈ ਕਰ ਸਕਦੇ ਆ। ਬਟ ਜਿਨ੍ਹਾਂ ਨੇ ਨਵਾਂ ਅਪਲਾਈ ਕਰਨਾ, ਹੁਣ ਕੈਨੇਡਾ 'ਚ ਸ਼ਾਇਦ ਸਤੰਬਰ ਇਨਟੇਕ ਹੀ ਹੋਊਗਾ ਅਤੇ ਆਸਟ੍ਰੇਲੀਆ 'ਚ ਦੇਖੋ ਕੀ ਬਣਦਾ, ਵੈਸੇ ਜੁਲਾਈ ਇਨਟੇਕ ਚੱਲ ਰਿਹਾ ਹੈ ਫਰਦਰ। ਤੁਸੀਂ ਆਪਣਾ ਰੂਟੀਨ ਵਾਈਜ਼ ਪ੍ਰੋਸੈਸ ਕਰ ਸਕਦੇ ਹੋ ਵੀ ਉਹ ਅਪਲਾਈ ਕਰ ਸਕਦੇ ਹੋ, ਆਪਣੀ ਆਇਲਸ ਰਿਪੀਟ ਕਰ ਸਕਦੇ ਹੋ, ਜੋ ਵੀ ਤੁਹਾਡੇ ਕੋਲ ਕਾਗਜ਼ ਪੱਤਰ ਹੈ ਤੁਹਾਡੇ ਕੋਲ ਇਕੱਠੇ ਕਰਨ ਦਾ ਮੌਕਾ ਹੈਗਾ। ਬਟ ਇਹ ਨਹੀਂ ਗਾ ਵੀ ਤੁਸੀਂ ਵੀਜ਼ਾ ਲੈ ਕੇ ਫਲਾਈ ਕਰ ਸਕਦੇ ਹੋ, ਵੀਜ਼ਾ ਲੈ ਸਕਦੇ ਹੋ ਬਟ
ਟਰੈਵਲ ਨਹੀਂ ਕਰ ਸਕਦੇ ਬਸ ਜੀ ਬਿਲਕੁਲ ਤੇ ਜਿਹਨਾਂ ਸਟੂਡੈਂਟਸ ਵਿੱਚ ਬਹੁਤ ਸਾਰਾ ਅਸੀਂ ਦੇਖ ਰਹੇ ਹਾਂ ਕਿ ਪੈਨਿਕ ਕ੍ਰੀਏਟ ਹੈ ਚਾਹੇ ਉਹ ਪੇਰੈਂਟਸ ਨੇ ਚਾਹੇ ਸਟੂਡੈਂਟਸ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਮੈਮ ਗੱਲ ਕਰੀਏ ਮੈਨੂੰ ਵੀ ਬਹੁਤ ਕੱਲ੍ਹ ਦੇ ਜਾਂ ਪਰਸੋਂ ਦੇ ਕਾਲਸ ਆ ਰਹੇ ਨੇ ਵੀ ਵੀਜ਼ੇ ਲੱਗਣੇ ਬੰਦ ਹੋ ਗਏ ਵੀਜ਼ੇ ਲੱਗਣ ਵਾਲਾ ਕੋਈ ਬੰਦ ਵਾਲਾ ਕੋਈ ਕੰਮ ਨਹੀਂ ਹੋਇਆ ਵੀ ਵੀਜ਼ੇ ਲੱਗਣੇ ਬੰਦ ਹੋ ਗਏ ਆ ਬਟ ਘਬਰਾਉਣ ਵਾਲੀ ਇੱਥੇ ਕੋਈ ਲੋੜ ਨਹੀਂ ਹੈ ਬਟ ਹਾਂ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰੋ ਵੀ ਇਹ ਜਿਹੜਾ ਕਰੋਨਾ ਵਾਇਰਸ ਦਾ ਪ੍ਰਕੋਪ ਹੈ ਜਲਦੀ ਜਲਦੀ ਠੀਕ ਹੋ ਜਾਵੇ ਚਾਹੇ ਤੁਸੀਂ ਬਾਹਰ ਜਾਣਾ ਚਾਹੇ ਨਹੀਂ ਜਾਣਾ ਵੀ ਇਹਦੇ ਨਾਲ ਸਾਰੇ ਦੁਨੀਆ ਦਾ ਭਲਾ ਹੋਣਾ ਜੇ ਤੁਹਾਡੀ ਅਰਦਾਸ ਇੱਕ ਕਿਸੇ ਬੰਦੇ ਲਈ ਕੰਮ ਆਊਗੀ ਸੋ ਆਪਾਂ ਇਹ ਨਹੀਂ ਸੋਚਾਂਗੇ ਵੀ ਹਾਂਜੀ ਮੇਰਾ ਵੀਜ਼ਾ ਬੰਦ ਨਹੀਂ ਲੱਗੂਗਾ ਕਰੋਨਾ ਵਾਇਰਸ ਕਰਕੇ ਵੀਜ਼ੇ 'ਤੇ ਕੋਈ ਇਫੈਕਟ ਨਹੀਂ ਹੈਗਾ ਈਵਨ ਸ਼ਾਇਦ ਮੈਨੂੰ ਲੱਗਦਾ ਵੀ ਜਦੋਂ ਇਹ ਕੰਮ ਠੀਕ ਹੋਊਗਾ ਸਾਰੀਆਂ ਕੰਟਰੀਆਂ ਜ਼ਿਆਦਾ ਵੀਜ਼ਾ ਦੇਊਗਾ ਕਿਉਂਕਿ ਬਹੁਤ ਹੀ ਰਿਸੈਸ਼ਨ ਆ ਗਿਆ ਬਹੁਤ ਹੀ ਇਕਨੋਮਿਕ ਡਾਊਨ ਹੋ ਗਈ ਹੈ ਉਹਨਾਂ ਦੀ ਅਰਥ ਵਿਵਸਥਾ ਚਾਹੇ ਤੁਸੀਂ ਆਸਟ੍ਰੇਲੀਆ ਲਾ ਲਓ ਬਹੁਤ ਹੀ ਨੁਕਸਾਨ ਹੋਇਆ ਉਹਨਾਂ ਨੂੰ ਸਟੂਡੈਂਟ ਉਹਨਾਂ ਦਾ ਮੇਜਰ ਹੈ ਪੁਆਇੰਟ ਅਰਨਿੰਗ ਦਾ ਆਸਟ੍ਰੇਲੀਆ ਦਾ ਵੀ ਕੈਨੇਡਾ ਦਾ ਵੀ ਯੂਕੇ ਦਾ ਵੀ ਸੋ ਜਦੋਂ ਜਦੋਂ ਇਹ ਠੀਕ ਹੋਊਗਾ ਉਵੇਂ ਉਵੇਂ ਵੀਜ਼ਾ ਸਕਸੈਸ ਰੇਟ ਵੱਧ ਸਕਦਾ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜੋ ਸਟੂਡੈਂਟਸ ਦੀ ਅਵੇਅਰਨੈਸ ਲਈ ਇਹ ਸ਼ੋਅ ਲੈ ਕੇ ਆਇਆ ਅਤੇ ਤੁਸੀਂ ਵੀ ਹੁਣ ਜੋ ਹੈ ਚਿੰਤਾ ਨਹੀਂ ਕਰੋ ਜੋ ਪ੍ਰੋਸੈਸ ਸਟੱਡੀ ਵੀਜ਼ਾ ਦੇ ਲਈ ਉਹ ਉਵੇਂ ਹੀ ਚੱਲਦਾ ਰਹੇਗਾ ਸਿਰਫ ਕਰੋਨਾ ਵਾਇਰਸ ਦੇ ਕਰਕੇ ਥੋੜ੍ਹੀ ਦੇਰ ਲਈ ਜੋ ਰੋਕ ਲਗਾਈ ਗਈ ਹੈ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਖੁਦ ਹੁਣ ਧਿਆਨ ਇਹ ਦਈਏ ਕਿ ਅਸੀਂ ਕਰੋਨਾ ਵਾਇਰਸ ਤੋਂ ਖੁਦ ਵੀ ਬਚੀਏ ਅਤੇ ਬਾਕੀਆਂ ਨੂੰ ਵੀ ਬਚਾਈਏ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਤੁਹਾਡੀ ਲਗਾਤਾਰ ਗੱਲਬਾਤ ਕਰਵਾ ਰਹੇ ਹਾਂ ਅਲੱਗ ਅਲੱਗ ਵੀਜ਼ਾ ਐਕਸਪਰਟਸ ਦੇ ਨਾਲ ਕਿ ਕਰੋਨਾ ਵਾਇਰਸ ਕਰਕੇ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਕੁਛ ਵੀਜ਼ਾ 'ਤੇ ਰੋਕ ਲੱਗ ਗਈ ਹੈ ਜਾਂ ਕੀ ਇਸ ਵਿੱਚ ਹੋਰ ਫੇਰ ਬਦਲ ਆਏ ਨੇ ਇਸ ਉੱਪਰ ਆਪਾਂ ਹੋਰ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਮੌਜੂਦ ਨੇ ਜੀ ਈਜ਼ੀ ਵੇ ਕੰਸਲਟੈਂਸੀ ਪ੍ਰਾਈਵੇਟ ਲਿਮਿਟਡ ਤੋਂ ਮਿਸਟਰ ਗੁਰਤੇਜ ਸੰਧੂ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਇਹ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਸਟੂਡੈਂਟਸ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਨੇ ਵੀਜ਼ਾ 'ਤੇ ਰੋਕ ਲੱਗ ਗਈ ਹੈ ਅਗਲਾ ਹੁਣ ਉਹ ਪ੍ਰੋਸੈਸ ਕਦੋਂ ਕਰ ਸਕਣਗੇ ਜਾਂ ਕੀ ਅੱਗੋਂ ਹੁਣ ਸਟੂਡੈਂਟਸ ਨੂੰ ਕਰਨਾ ਚਾਹੀਦਾ ਦੇਖੋ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਖੋ ਕਰੋਨਾ ਵਾਇਰਸ ਦੇ ਨਾਲ ਅਸਰ ਤਾਂ ਸਾਰੀ ਇੰਡਸਟਰੀ 'ਤੇ ਪੈ ਗਿਆ ਬਟ ਮੇਨ ਚੀਜ਼ ਇਹ ਹੈਗੀ ਹੈ ਕਿ ਦੇਖੋ ਅਗਰ ਵੀਜ਼ਾ ਦੀ ਗੱਲ ਕਰੀਏ ਤਾਂ ਵੀਜ਼ਾ 'ਤੇ ਉਹਨਾਂ ਜ਼ਿਆਦਾ ਅਸਰ ਨਹੀਂ ਹੈਗਾ ਬਟ ਬੇਸਿਕਲੀ ਫਲਾਈਟਸ 'ਤੇ ਬੱਚਿਆਂ ਨੇ ਦੇਖੋ ਜਾਣਾ ਤਾਂ ਬਾਹਰ ਜਿਹੜਾ ਫਲਾਈਟਸ 'ਤੇ ਹੀ ਹੈ ਬਟ ਫਲਾਈਟਸ ਜਿਹੜੀਆਂ ਨੇ ਆਲਮੋਸਟ ਜਿਹੜੀਆਂ ਹੈਗੀਆਂ ਨੇ ਉਹ ਬੰਦ ਹੋ ਚੁੱਕੀਆਂ ਨੇ ਅਤੇ ਇਸ ਵਜ੍ਹਾ ਕਰਕੇ ਜਿਹੜਾ ਹੈ ਬੱਚਿਆਂ ਨੂੰ ਟਰੈਵਲ ਕਰਨ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਬਿਕੋਜ਼ ਮੇਰੇ ਕੱਲ੍ਹ ਵੀ ਕੁਛ ਵੀਜ਼ਾ 'ਤੇ ਬੱਚਿਆਂ ਨੇ ਟਰੈਵਲ ਕਰਨਾ ਸੀ ਬਟ ਏਅਰਪੋਰਟ ਤੋਂ ਜਿਹੜਾ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਬਿਕੋਜ਼ ਆਫ ਕਿ ਫਲਾਈਟਸ ਜਿਹੜੀਆਂ ਨੇ ਉਹ ਕਲੋਜ਼ ਹੋ ਗਈਆਂ ਨੇ ਅਤੇ ਉਹਨਾਂ ਨੇ ਹੁਣ ਜਿਹੜਾ ਹੈ 31 ਮਾਰਚ ਤੱਕ ਦਾ ਟਾਈਮ ਦਿੱਤਾ ਹੈ ਕਿ ਤੁਸੀਂ ਉਦੋਂ ਤੱਕ ਵੇਟ ਕਰੋ ਜਦੋਂ ਕੋਈ ਨਵਾਂ ਅਪਡੇਟ ਹੋਏਗਾ ਤਾਂ ਹੀ ਦੱਸ ਪਾਉਣਗੇ ਕਿ ਕੀ ਹੋਏਗਾ ਅੱਗੇ ਅਤੇ ਇਸ ਕਰਕੇ ਥੋੜ੍ਹੀ ਦਿੱਕਤ ਤਾਂ ਹੋ ਰਹੀ ਹੈ ਸਟੂਡੈਂਟਸ ਨੂੰ ਜਿਹੜੇ ਵੀ ਬਾਹਰ ਜਾ ਰਹੇ ਨੇ ਜੋ ਵੀ ਅਬਰੋਡ ਟਰੈਵਲ ਕਰਨਾ ਚਾਹ ਰਿਹਾ ਪਰ ਥੋੜ੍ਹੀ ਦਿੱਕਤ ਆ ਰਹੀ ਹੈ ਉਹਦੇ ਲਈ ਬਹੁਤ ਦਿੱਕਤ ਵਾਲਾ ਕੰਮ ਹੈ ਜੀ ਤੇ ਬਿਲਕੁਲ ਕਿਉਂਕਿ ਇਹ ਅਜਿਹਾ ਟਾਈਮ ਚੱਲ ਰਿਹਾ ਕਿ ਕਰੋਨਾ ਵਾਇਰਸ ਕਰਕੇ ਕੁਛ ਪਾਬੰਦੀਆਂ ਜ਼ਰੂਰ ਲੱਗੀਆਂ ਨੇ ਪਰ ਸਟੂਡੈਂਟਸ ਨੂੰ ਇਸ ਟਾਈਮ ਨੂੰ ਚੰਗੀ ਤਰ੍ਹਾਂ ਕਿਵੇਂ ਯੂਟੀਲਾਈਜ਼ ਕਰਨਾ ਚਾਹੀਦਾ ਦੇਖੋ ਸਟੂਡੈਂਟ ਨੂੰ ਥੋੜ੍ਹਾ ਟਾਈਮਲੀ ਵੇਟ ਕਰਨਾ ਪਵੇਗਾ ਬਿਕੋਜ਼ ਜਦੋਂ ਤੱਕ ਇਹ ਚੀਜ਼ਾਂ ਕੰਪਲੀਟ ਨਹੀਂ ਹੁੰਦੀਆਂ ਜਦੋਂ ਤੱਕ ਸਾਰੇ ਜਿਹੜੇ ਕੰਟਰੀਜ਼ ਨੇ ਉਹ ਇਸ ਚੀਜ਼ ਤੋਂ ਉੱਭਰ ਨਹੀਂ ਪਾਉਂਦੀਆਂ ਉਦੋਂ ਤੱਕ ਸਾਨੂੰ ਥੋੜ੍ਹਾ ਜਿਹੜਾ ਇਸ ਚੀਜ਼ ਦਾ ਖਿਆਲ ਰੱਖਣਾ ਪਏਗਾ ਕਿ ਅਸੀਂ ਜਿਹੜੀ ਆਪਣੀ ਟਿਕਟ ਕਰਵਾ ਰਹੇ ਹਾਂ ਉਹ ਥੋੜ੍ਹਾ ਜਿਹਾ ਧਿਆਨ ਨਾਲ ਕਰਵਾਈਏ ਕਿ ਕੀ ਉੱਥੋਂ ਦੀ ਜਿਹੜੀ ਫਲਾਈਟ ਹੈ ਉਹ ਜਾ ਰਹੀ ਹੈ ਜਾਂ ਨਹੀਂ ਜਾ ਰਹੀ ਹੈ ਕਿਉਂਕਿ ਬਹੁਤ ਦਿੱਕਤ ਹੈ ਤਕਰੀਬਨ ਏਅਰਪੋਰਟ ਜਿਹੜੇ ਨੇ ਕਲੋਜ਼ ਹੋ ਚੁੱਕੇ ਨੇ ਯੂਕੇ ਨੇ ਵੀ ਅਨਾਊਂਸ ਕਰ ਦਿੱਤਾ ਹੈ ਅੱਜ ਕੈਨੇਡਾ ਨੇ ਵੀ ਅਨਾਊਂਸ ਕਰ ਦਿੱਤਾ ਹੈ ਕਿ ਉਹ ਜਿਹੜੇ ਹੋਰ ਸਿਟੀਜ਼ਨ ਬਾਹਰ ਦੇ ਨੇ ਉਹਨਾਂ ਲਈ ਅਲਾਊ ਨਹੀਂ ਕਰਨਗੇ ਹਜੇ ਟਰੈਵਲ ਕਰਨਾ ਤਾਂ ਇਸ ਕਰਕੇ ਹਰ ਇੱਕ ਕੰਟਰੀ ਜਿਹੜੀ ਹੈ ਉਹ ਆਪਣੇ ਲਈ ਜਿਹੜਾ ਹੈ ਉਹ ਚਾਹੁੰਦੀ ਹੈ ਕਿ ਕੋਈ ਵੀ ਉਹਨਾਂ ਦੀ ਕੰਟਰੀ ਦੇ ਵਿੱਚ ਜਿਹੜਾ ਹੈ ਇਹ ਬਿਮਾਰੀ ਹੋਰ ਨਾ ਵਧੇ ਤਾਂ ਇਸ ਕਰਕੇ ਇਹ ਥੋੜ੍ਹਾ ਜਿਹਾ ਦਿੱਕਤ ਹੈ ਬੱਚਿਆਂ ਲਈ ਕਿ ਉਹਨਾਂ ਨੂੰ ਜਿਹੜਾ ਹੈ ਪਹਿਲਾਂ ਦੇਖਣਾ ਪਏਗਾ ਕਿ ਜਿੱਥੇ ਵੀ ਉਹਨਾਂ ਦਾ ਵੀਜ਼ਾ ਅਪਲਾਈ ਹੋਇਆ ਉਹਨਾਂ ਨੂੰ ਜਾਂ ਤਾਂ ਦੇਖੋ ਉਹਦੀ ਐਕਸਟੈਂਸ਼ਨ ਮਿਲ ਜਾਏਗੀ ਜਾਂ ਫਿਰ ਥੋੜ੍ਹਾ ਵੇਟ ਕਰਨਾ ਪਏਗਾ ਕਿ ਉਹ ਟਰੈਵਲ ਕਰਨ ਤੋਂ ਪਹਿਲਾਂ ਜਿਹੜਾ ਹੈ ਪ੍ਰੋਪਰ ਤਰੀਕੇ ਨਾਲ ਆਪਣੀ ਟਿਕਟ ਕਰਵਾਉਣ ਤੋਂ ਪਹਿਲਾਂ ਇਹ ਜ਼ਰੂਰ ਤੈਅ ਕਰ ਲੈਣ ਕਿ ਉਹਨਾਂ ਦਾ ਜਿਹੜਾ ਹੈ ਫਲਾਈ ਹੋਣਗੇ ਜਾਂ ਨਹੀਂ ਹੋਣਗੇ ਤਾਂ ਜਿਹੜੀ ਨੈਕਸਟ ਜੋ ਵੀ ਕੰਟਰੀਜ਼ ਨੇ ਆਪਣੇ ਆਪਣੇ ਅਪਡੇਟ ਦੇ ਰਹੀਆਂ ਨੇ ਤਾਂ ਸਾਨੂੰ ਨਿਊਜ਼ 'ਤੇ ਵੀ ਮਿਲ ਰਿਹਾ ਤਾਂ ਜਿਵੇਂ ਹੀ ਨਿਊਜ਼ ਬੱਚੇ ਦੇਖਦੇ ਰਹਿਣ ਜਿਵੇਂ ਹੀ ਫਾਈਨਲ ਹੋਏਗਾ ਕਿ ਕਿਹੜੀ ਕੰਟਰੀ ਨੇ ਜਿਹੜਾ ਹੈ ਆਪਣੇ ਜਿਹੜੀ ਇਮੀਗ੍ਰੇਸ਼ਨ ਹੈ ਓਪਨ ਕੀਤੀ ਹੈ ਅਤੇ ਕਦੋਂ ਉਹ ਜਿਹੜਾ ਹੈ ਟਰੈਵਲ ਕਰ ਸਕਦੇ ਹੋ ਤੁਸੀਂ ਤਾਂ ਉਹਦੇ ਹਿਸਾਬ ਨਾਲ ਹੀ ਟਰੈਵਲ ਕਰੋ ਅਤੇ ਜਿਹੜੇ ਕਾਲਜ ਨੇ ਉਹ ਵੀ ਜਿਹੜਾ ਹੈ ਅੱਗੇ ਕਰ ਰਹੇ ਨੇ ਕਿ ਉਹ ਐਕਸਟੈਂਸ਼ਨ ਦੇ ਰਹੇ ਨੇ ਬੱਚਿਆਂ ਨੂੰ ਵੀਜ਼ਾ ਦੇ ਵਿੱਚ ਵੀ ਐਕਸਟੈਂਸ਼ਨ ਹੋ ਰਹੀ ਹੈ ਤਾਂ ਨੁਕਸਾਨ ਤਾਂ ਨਹੀਂ ਹੋਏਗਾ ਬਟ ਇਹ ਹੈਗਾ ਕਿ ਦੇਖੋ ਥੋੜ੍ਹੇ ਟਾਈਮ ਦਾ ਡਿਲੇ ਹੈਗਾ ਬੱਚਿਆਂ ਦੀ ਸਟੱਡੀ ਦਾ ਥੋੜ੍ਹਾ ਡਿਲੇ ਹੈਗਾ ਅਤੇ ਉਹਦੇ ਲਈ ਉਹਨਾਂ ਨੂੰ ਵੇਟ ਕਰਨਾ ਪਏਗਾ ਤੇ ਅਗਰ ਆਪਾਂ ਗੱਲ ਕਰੀਏ ਕਿ ਜੋ ਨੈਕਸਟ ਇਨਟੇਕਸ ਦੇ ਲਈ ਸਟੂਡੈਂਟਸ ਆਪਣਾ ਪ੍ਰੋਸੈਸ ਸ਼ੁਰੂ ਕਰਵਾ ਰਹੇ ਨੇ ਜਾਂ ਫਾਈਲ ਲਗਵਾ ਰਹੇ ਨੇ ਉਹ ਪ੍ਰੋਸੈਸ ਉਸੇ ਤਰੀਕੇ ਨਾਲ ਚੱਲੇਗਾ
ਬਿਲਕੁਲ ਜੀ, ਪ੍ਰੋਸੈਸ ਉਸੇ ਤਰੀਕੇ ਨਾਲ ਚੱਲੇਗਾ ਕਿਉਂਕਿ ਐਮਬੈਸੀਜ਼ ਵੱਲੋਂ ਇੱਦਾਂ ਦੀ ਕੋਈ ਦਿੱਕਤ ਨਹੀਂ ਹੈ। ਉਹ ਜੋ ਵੀ ਫਾਈਲ ਜਾ ਰਹੀ ਹੈ ਉਹਨਾਂ 'ਤੇ ਉਹ ਕੰਮ ਕਰਨਗੇ, ਠੀਕ ਹੈ। ਉਹਨਾਂ ਵੱਲੋਂ ਜਿਹੜਾ ਹੈ ਵੀਜ਼ਾ ਵੀ ਇਸ਼ੂ ਹੋ ਰਹੇ ਨੇ ਕਿਉਂਕਿ ਸਾਡੇ ਕੱਲ੍ਹ ਵੀ ਇੱਕ ਦੋ ਵੀਜ਼ਾ ਆਏ ਨੇ, ਤਾਂ ਇਸ ਕਰਕੇ ਵੀਜ਼ਾ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਬਟ ਇਹ ਹੈ ਕਿ ਟਰੈਵਲਿੰਗ 'ਚ ਦਿੱਕਤ ਹੈ ਉਹਦੇ ਲਈ। ਹੁਣ ਜਿਹੜਾ ਨੈਕਸਟ ਇਨਟੇਕ ਹੈ ਜਿਵੇਂ ਤੁਹਾਡਾ ਜੂਨ ਹੈ ਜਾਂ ਸਪਟੰਬਰ ਹੈ, ਤਾਂ ਉਹਦੇ ਲਈ ਵੀਜ਼ਾ ਤੁਸੀਂ ਲੈ ਸਕਦੇ ਹੋ। ਬਟ ਇਹ ਹੈ ਕਿ ਹੋ ਸਕਦਾ ਉਦੋਂ ਤੱਕ ਪਰਮਾਤਮਾ ਕਰੇ ਕਿ ਬਿਲਕੁਲ ਸਭ ਚੀਜ਼ਾਂ ਸਹੀ ਹੋ ਜਾਣ ਅਤੇ ਤੁਸੀਂ ਟਰੈਵਲ ਕਰ ਪਾਓ, ਤਾਂ ਇਸ ਕਰਕੇ ਜਿਹੜਾ ਹੈ ਤੁਸੀਂ ਫਾਈਲ ਅਪਲਾਈ ਕਰ ਸਕਦੇ ਹੋ ਆਪਣੇ ਲਈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਸਾਰੀ ਜਾਣਕਾਰੀ ਦਾ ਫਾਇਦਾ ਜ਼ਰੂਰ ਚੱਕੋ, ਕਿਉਂਕਿ ਸਟੂਡੈਂਟਸ ਜੋ ਹੈ ਬਹੁਤ ਜਲਦੀ ਘਬਰਾ ਜਾਂਦੇ ਨੇ ਕਿ ਕੀ ਅਸੀਂ ਹੁਣ ਅੱਗੋਂ ਪ੍ਰੋਸੈਸ ਨਹੀਂ ਕਰ ਸਕਦੇ ਜਾਂ ਕੀ ਸਾਡਾ ਹੁਣ ਸਟੱਡੀ ਵੀਜ਼ਾ ਨਹੀਂ ਲੱਗੇਗਾ। ਸਭ ਕੁਝ ਹੋਏਗਾ, ਜਸਟ ਹੁਣ ਕਰੋਨਾ ਵਾਇਰਸ ਕਰਕੇ ਅਹਿਤਿਆਤ ਦੇ ਤੌਰ 'ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਨੇ ਤਾਂ ਕਿ ਜੋ ਕਰੋਨਾ ਵਾਇਰਸ ਹੋਰ ਜ਼ਿਆਦਾ ਨਾ ਫੈਲੇ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਦੋਸਤੋ, ਹੁਣ ਅਸੀਂ ਪਹੁੰਚ ਗਏ ਹਾਂ ਕਨੈਕਟ ਓਵਰਸੀਜ਼, ਜਿੱਥੇ ਕਿ ਮਿਸਟਰ ਨਿਰਮਲ ਚਾਵਲਾ ਜੀ ਸਾਡੇ ਨਾਲ ਮੌਜੂਦ ਨੇ। ਬਹੁਤ ਹੀ ਲੰਮੇ ਸਮੇਂ ਦਾ ਤਜ਼ਰਬਾ ਉਹਨਾਂ ਦਾ ਇਮੀਗ੍ਰੇਸ਼ਨ ਕੰਪਨੀ ਐਜ਼ ਅ ਇਮੀਗ੍ਰੇਸ਼ਨ ਕੰਪਨੀ, ਔਰ ਇਸ ਥਾਂ 'ਤੇ ਅਸੀਂ ਇਹਨਾਂ ਕੋਲ ਤਾਂ ਖਾਸ ਤੌਰ 'ਤੇ ਇੱਕ ਰਾਏ ਲੈਣ ਆਏ ਹਾਂ ਕਿਉਂਕਿ ਕਰੋਨਾ ਵਾਇਰਸ ਕਰਕੇ ਜਿਵੇਂ ਕਿ ਆਪਾਂ ਬਾਰ ਬਾਰ ਗੱਲ ਕਰ ਰਹੇ ਹਾਂ ਕਿ ਵੀਜ਼ਾ 'ਤੇ ਅਗਰ ਰੋਕ ਲੱਗੀ ਹੈ ਤਾਂ ਸਟੂਡੈਂਟਸ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਨੇ, ਅਤੇ ਇੱਕ ਤਜ਼ਰਬੇਕਾਰ ਸਲਾਹ ਵੀ ਸਾਨੂੰ ਜ਼ਰੂਰ ਚਾਹੀਦੀ ਹੈ ਤਾਂ ਕਿ ਜਿੰਨੇ ਵੀ ਦਰਸ਼ਕ ਹਮੇਸ਼ਾ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਅਸੀਂ ਜੋ ਅਵੇਅਰਨੈਸ ਸ਼ੋ ਜਿਨ੍ਹਾਂ ਲਈ ਲੈ ਕੇ ਆਏ ਹਾਂ ਉਹਨਾਂ ਨੂੰ ਸਹੀ ਸਲਾਹ ਅਸੀਂ ਨਿਰਪੱਖ ਪੋਸਟ ਦੇ ਜ਼ਰੀਏ ਪਹੁੰਚਾ ਸਕੀਏ। ਬਹੁਤ ਬਹੁਤ ਸਵਾਗਤ ਹੈ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜੀ। ਇੱਥੇ ਮੈਂ ਇਹ ਚੀਜ਼ ਜਾਣਨਾ ਚਾਹੂੰਗੀ ਕਿ ਅਸੀਂ ਵੈਸੇ ਵੀ ਕਈ ਵੀਜ਼ਾ ਐਕਸਪਰਟਸ ਨਾਲ ਗੱਲ ਕਰ ਰਹੇ ਹਾਂ, ਪਰ ਤੁਸੀਂ ਬਹੁਤ ਹੀ ਲੰਮੇ ਸਮੇਂ ਤੋਂ ਇਸ ਫੀਲਡ ਨਾਲ ਜੁੜੇ ਹੋਏ ਹੋ। ਕਰੋਨਾ ਵਾਇਰਸ ਕਰਕੇ ਜੋ ਇੱਕ ਹਾਈਪ ਕ੍ਰੀਏਟ ਹੋ ਗਿਆ, ਪੈਨਿਕ ਕ੍ਰੀਏਟ ਹੋ ਗਿਆ ਕਿ ਸਟੂਡੈਂਟਸ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਨੇ ਕਿ ਕੀ ਹੁਣ ਵੀਜ਼ਾ 'ਤੇ ਰੋਕ ਲੱਗ ਜਾਏਗੀ, ਕੀ ਹੁਣ ਜਿਹੜੇ ਸਟੂਡੈਂਟਸ ਆਪਣੀ ਫਾਈਲ ਪ੍ਰੋਸੈਸ ਦੇ ਵਿੱਚ ਲੈ ਕੇ ਆ ਰਹੇ ਸੀ ਉਹਨਾਂ ਨੂੰ ਕੁਝ ਟਾਈਮ ਲਈ ਰੁਕਣਾ ਪਏਗਾ। ਹਰਜੋਤ, ਦਿਸ ਇਜ਼ ਅ ਟੈਂਪਰੇਰੀ ਫੇਸ, ਇਹ ਬਿਲਕੁਲ ਟੈਂਪਰੇਰੀ ਫੇਸ ਹੈ ਜਿੱਥੇ ਸਾਰੀ ਕੰਟਰੀਆਂ ਪ੍ਰੀਕੋਸ਼ਨ ਲੈ ਰਹੀਆਂ। ਐਜ਼ ਫਾਰ ਐਜ਼ ਇਮੀਗ੍ਰੇਸ਼ਨ ਡਿਪਾਰਟਮੈਂਟ ਆਰ ਕੰਸਰਨਡ, ਵੀਜ਼ਾਸ ਆਰ ਬੀਇੰਗ ਗਰਾਂਟਿਡ, ਸਿਰਫ ਇੱਕ ਟਰੈਵਲ 'ਤੇ ਰਿਸਟ੍ਰਿਕਸ਼ਨ ਹੈ। ਆਈ ਸਾਈਟ ਐਨ ਐਗਜ਼ਾਮਪਲ, ਯੈਸਟਰਡੇ ਇੱਕ ਵੀਜ਼ਾ ਗ੍ਰਾਂਟ ਹੋਇਆ ਫੋਰ ਆਸਟ੍ਰੇਲੀਆ, ਦੀ ਓਨਲੀ ਥਿੰਗ ਉਹਨੂੰ ਰਿਸਟ੍ਰਿਕਸ਼ਨ ਸੀਗੀ ਕਿ ਹੀ ਹੈਜ਼ ਟੂ ਟੇਕ ਅ ਡਾਇਰੈਕਟ ਫਲਾਈਟ, ਅਤੇ ਮੈਲਬਰਨ ਲੈਂਡ ਕਰੇ। ਹੀ ਸ਼ੁੱਡ ਨੋਟ ਕਮ ਵਾਇਆ ਚਾਈਨਾ ਜਾਂ ਵਾਇਆ ਸਿੰਗਾਪੁਰ ਜਾਂ ਵਾਇਆ ਥਾਈਲੈਂਡ ਨਹੀਂ ਆਉਣਾ ਚਾਹੀਦਾ। ਸੋ ਐਜ਼ ਸੱਚ ਵੀਜ਼ਾਸ ਆਰ ਸਟਿਲ ਬੀਇੰਗ ਗਰਾਂਟਿਡ, ਐਂਡ ਸਟੂਡੈਂਟਸ ਨੂੰ ਬਿਲਕੁਲ ਆਪਣੀ ਫਾਈਲ ਰੋਕਣੀ ਨਹੀਂ ਚਾਹੀਦੀ, ਦੇ ਸ਼ੁੱਡ ਗੋ ਐਂਡ ਪ੍ਰੋਸੈਸ ਹੈਡ, ਐਂਡ ਵਿਦਇਨ 2 weeks ਸਾਰਿਆਂ ਦਾ ਸਾਂਝਾ ਹੋ ਜਾਏਗਾ ਕਿ ਵੀ ਜੇ ਅੱਗੇ ਕੰਟੀਨਿਊ ਕਰਦਾ ਹੈ ਬਲੋਕੇਜ ਕਿ ਨਹੀਂ। ਸੋ ਹੋਪਫੁਲੀ ਤੇ ਥਿੰਗਸ ਆਰ ਗੁੱਡ ਐਟ ਦਿਸ ਮੋਮੈਂਟ। ਜੀ ਬਿਲਕੁਲ, ਇੱਥੇ ਇੱਕ ਹੋਰ ਚੀਜ਼ ਜਾਣਨਾ ਚਾਹੂੰਗੀ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਹਲੇ ਚਲੋ ਕੁਛ ਸਮੇਂ ਲਈ ਰੋਕ ਲੱਗੀ ਹੋਈ ਹੈ, ਅਤੇ ਇਸ ਕੁਛ ਸਮੇਂ ਦੀ ਰੋਕ ਨਾਲ ਇਮੀਗ੍ਰੇਸ਼ਨ ਬਿਜ਼ਨਸ ਦੇ ਉੱਪਰ ਕਿੰਨਾ ਕੁ ਅਸਰ ਤੁਸੀਂ ਦੇਖ ਰਹੇ ਹੋ ਕਿ ਹੁਣ ਪਿਆ ਜਾਂ ਅੱਗੋਂ ਅਗਰ ਰੋਕ ਵੱਧ ਜਾਂਦੀ ਹੈ ਤਾਂ ਕੀ ਅਸਰ ਪਏਗਾ? ਐਟ ਦਿਸ ਮੋਮੈਂਟ ਕੋਈ ਇਫੈਕਟ ਨਹੀਂ ਹੈ, ਬਟ ਅਗਰ ਇਹ ਕੰਟੀਨਿਊ ਕਰ ਲੈਂਦੀ ਹੈ, ਅਗਰ ਜਿਹੜਾ ਸਾਡਾ ਇੰਡੀਆ ਦੇ ਵਿੱਚ ਰੋਕ ਲਾ ਦਿੰਦੇ ਹਾਂ ਕਿ ਵੀ ਹੁਣ ਫੋਰ 1 month ਆਈਲਸ ਅਕੈਡਮੀਆਂ ਨਹੀਂ ਖੁੱਲਣੀਆਂ, ਜਾਂ ਇਫ ਉਹ ਆ ਜਾਏ ਤਾਂ ਫਿਰ ਥੋੜ੍ਹਾ ਬਹੁਤ ਸਾਡੇ ਡੈਫੀਨੇਟਲੀ ਪ੍ਰੈਸ਼ਰ ਪਏਗਾ ਇਮੀਗ੍ਰੇਸ਼ਨ ਕੰਪਨੀਆਂ 'ਤੇ, ਬਿਕੋਜ਼ ਆਸਟ੍ਰੇਲੀਆ ਦਾ ਜਿਹੜਾ ਸੈਸ਼ਨ ਹੈ ਉਹ ਸਟਾਰਟ ਹੁੰਦਾ ਜੁਲਾਈ ਦੇ ਵਿੱਚ। ਸਟੂਡੈਂਟ ਘੱਟ ਤੋਂ ਘੱਟ 2 ਜਾਂ 3 ਮਹੀਨੇ ਦੀ ਟ੍ਰੇਨਿੰਗ ਲੈਂਦਾ, ਆਈਲਸ ਹੀ ਆਪਣਾ ਐਗਜ਼ਾਮ ਪਾਸ ਕਰਦਾ, ਮੇਅ 'ਚ ਜਾ ਕੇ ਉਹ ਐਡਮਿਸ਼ਨ ਲੈ ਕੇ ਅਪਲਾਈ ਕਰਦਾ। ਸੋ 1 ਇਜ਼ ਦੈਟ ਇਸ਼ੂ ਜਿਹੜਾ ਕਿ ਆਏਗਾ ਹੀ ਆਏਗਾ ਅਗਰ ਰੋਕ ਲੱਗਦੀ ਹੈ ਅੱਗੇ। ਐਂਡ ਇਸ ਤੋਂ ਇਲਾਵਾ ਸਪਟੰਬਰ ਸੈਸ਼ਨ 'ਤੇ ਕੈਨੇਡਾ ਦਾ ਚੱਲੀ ਜਾਏਗਾ, ਉਸਦੇ ਕੋਈ ਹਾਰਮ ਨਹੀਂ ਹੈ। ਬਾਕੀ ਡੈਫੀਨੇਟਲੀ ਥੋੜ੍ਹਾ ਬਹੁਤ ਸਾਈਡ, ਥੋੜ੍ਹਾ ਬਹੁਤ ਇਫੈਕਟ ਹੈ ਜਿਹੜਾ ਕਿ ਸਾਰੀ ਇਮੀਗ੍ਰੇਸ਼ਨ ਕੰਪਨੀ ਆਰਾਮ ਨਾਲ ਮੈਨੇਜ ਕਰ ਸਕਦੇ ਹੋ। ਜੀ ਬਿਲਕੁਲ, ਅਤੇ ਸਾਡੇ ਜਿੰਨੇ ਵੀ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ, ਖਾਸ ਤੌਰ 'ਤੇ ਸਟੂਡੈਂਟਸ ਜਾਂ ਪੇਰੈਂਟਸ, ਉਹਨਾਂ ਨੂੰ ਕੀ ਤਜ਼ਰਬੇਕਾਰ ਸਲਾਹ ਦੇਣਾ ਚਾਹੋਗੇ? ਕਿਉਂਕਿ ਇਹ ਸਮਾਂ ਹੈ ਕਿ ਇਸ ਦੇ ਵਿੱਚ ਅਸੀਂ ਜੋ ਸਬਰ ਦੇ ਨਾਲ ਅੱਗੇ ਵਧੀਏ, ਕੋਈ ਹਾਈਪ ਕ੍ਰੀਏਟ ਨਾ ਕਰੀਏ, ਪੈਨਿਕ ਨਾ ਹੋਈਏ, ਕਿਉਂਕਿ ਖਾਸ ਤੌਰ 'ਤੇ ਜਿਹੜੇ ਸਟੂਡੈਂਟਸ ਹੁਣ ਇਗਜ਼ਾਮ ਦੇ ਕੇ ਫਰੀ ਹੋ ਗਏ ਨੇ ਉਹਨਾਂ ਨੂੰ ਸੀ ਕਿ ਅਸੀਂ ਹੁਣ ਵੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ, ਪਰਦੇਸ 'ਤੇ ਰੋਕ ਲੱਗ ਗਈ ਹੈ, ਕਿਸ ਤਰੀਕੇ ਨਾਲ ਇਸ ਨੂੰ ਮੈਨੇਜ ਕਰਨਾ? ਹਰਜੋਤ, ਮੈਂ ਬੜਾ ਸਿੰਪਲ ਤਰੀਕਾ ਕਹਾਂਗਾ ਕਿ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਸੋਸ਼ਲ ਕੰਟੈਕਟ ਥੋੜ੍ਹਾ ਦੂਰ ਹੋ, ਸੋ 15-20 ਦਿਨ ਅਗਰ ਅਵੋਇਡ ਕਰ ਜਾਣ ਆਈਲਸ ਅਕੈਡਮੀ ਜੁਆਇਨ ਕਰਦੇ ਕੋਈ ਹਾਰਮ ਨਹੀਂ ਹੈ। ਐਂਡ ਐਜ਼ ਇਟ ਇਜ਼ 31 ਮਾਰਚ ਤੱਕ ਆਈਲਸ ਅਕੈਡਮੀ ਸਾਰੀ ਪੰਜਾਬ 'ਚ ਬੰਦ ਹੈ, ਚੰਡੀਗੜ੍ਹ ਵੀ ਥੋੜ੍ਹੀ ਰੋਕ ਲੱਗੀ ਹੋਈ ਹੈ। ਸੋ 15-20 ਦਿਨ 'ਚ ਕੋਈ ਫਰਕ ਨਹੀਂ ਪੈਣ ਲੱਗਾ ਜੇ 15-20 ਦਿਨ ਬਾਅਦ ਟ੍ਰੇਨਿੰਗ ਸ਼ੁਰੂ ਕਰ ਲੈਣ। ਉਸ ਤੋਂ ਇਲਾਵਾ ਕਈ ਅਕੈਡਮੀਆਂ ਨੇ ਔਨਲਾਈਨ ਟ੍ਰੇਨਿੰਗ ਸ਼ੁਰੂ ਕਰਤੀ ਹੈ, ਅਗਰ ਕੋਈ ਬੱਚਾ ਔਨਲਾਈਨ ਟ੍ਰੇਨਿੰਗ ਲੈਣਾ ਚਾਹੁੰਦੇ ਹੈ, ਦੇ ਆਰ ਵੈਲਕਮ ਟੂ ਕਮ ਟੂ ਆਰ ਕੰਪਨੀ, ਅਸੀਂ ਔਨਲਾਈਨ ਟ੍ਰੇਨਿੰਗ ਪ੍ਰੋਵਾਈਡ ਕਰ ਰਹੇ ਹਾਂ। ਐਂਡ ਆਈ ਮੀਨ ਕੋਈ ਹਾਰਮ ਨਹੀਂ ਅਗਰ 15 ਦਿਨ ਸੋਸ਼ਲ ਕੰਟੈਕਟ ਘੱਟ ਰੱਖਣ ਸਾਰਿਆਂ ਦੇ ਨਾਲ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਕ ਆਪਣੀ ਤਜ਼ਰਬੇਕਾਰ ਸਲਾਹ ਦੇਣ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਅਸੀਂ ਆਪਣੇ ਨਿਰਪੱਖ ਪੋਸਟ ਦੇ ਜ਼ਰੀਏ ਆਪਣੇ ਸਾਰੇ ਦਰਸ਼ਕਾਂ ਨੂੰ ਹਮੇਸ਼ਾ ਇੱਕ ਸਹੀ ਖਬਰ, ਇੱਕ ਨਿਰਪੱਖ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਸੋ ਆਪਣੇ ਉਹਨਾਂ ਦਰਸ਼ਕਾਂ ਨੂੰ ਜੋ ਸਟੂਡੈਂਟਸ ਨੇ ਸਟੱਡੀ ਵੀਜ਼ਾ ਲਗਵਾਉਣ ਦਾ
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਰੋਨਾ ਵਾਇਰਸ ਕਰਕੇ ਹਰ ਤਰ੍ਹਾਂ ਦੇ ਵੀਜ਼ੇਸ 'ਤੇ ਰੋਕ ਲਗਾ ਦਿੱਤੀ ਗਈ ਹੈ, ਈਵਨ ਕਿ ਫਲਾਈਟ 'ਤੇ ਵੀ ਰੋਕ ਲੱਗ ਗਈ ਹੈ, ਅਤੇ ਇਸ ਨੂੰ ਲੈ ਕੇ ਇਮੀਗ੍ਰੇਸ਼ਨ ਬਿਜ਼ਨਸ ਦੇ ਉੱਪਰ ਕਿੰਨਾ ਕੁ ਝਟਕਾ ਲੱਗਿਆ, ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਵੈਸਟ ਹਾਈਲੈਂਡਰਸ ਤੋਂ ਪਰਮਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਨਿਰਪੱਖ ਪੋਸਟ 'ਤੇ। ਥੈਂਕ ਯੂ ਜੀ। ਬਿਲਕੁਲ, ਇੱਥੇ ਮੈਂ ਜਾਣਨਾ ਚਾਹੂੰਗੀ ਕਿ ਕਰੋਨਾ ਵਾਇਰਸ ਦਾ ਕਹਿਰ ਸਭ ਤੋਂ ਪਹਿਲਾਂ ਅਸੀਂ ਦੇਖ ਰਹੇ ਹਾਂ ਕਿ ਇਮੀਗ੍ਰੇਸ਼ਨ ਬਿਜ਼ਨਸ 'ਤੇ ਸਭ ਤੋਂ ਪਹਿਲਾਂ ਆ ਗਿਆ, ਹਰ ਤਰ੍ਹਾਂ ਦੇ ਵੀਜ਼ਾਜ਼ ਜੋ ਹੈ ਉਸਦੇ ਉੱਪਰ ਰੋਕ ਲਗਾ ਦਿੱਤੀ ਹੈ, ਫਲਾਈਟਸ ਉੱਪਰ ਰੋਕ ਲਗਾ ਦਿੱਤੀ ਹੈ। ਕੀ ਓਫੀਸ਼ੀਅਲ ਤੁਹਾਡੇ ਕੋਲ ਕੀ ਓਫੀਸ਼ੀਅਲ ਲੈਟਰਸ ਆਏ ਨੇ ਇਸ ਲਈ? ਦੇਖੋ ਮੈਮ, ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਕਿ ਜੇ ਆਪਾਂ ਗੱਲ ਕਰੀਏ ਅੱਜ ਦੀ ਡੇਟ 'ਚ ਕਿ ਵੀਜ਼ਾਸ 'ਤੇ ਰੋਕ ਲਗਾ ਦਿੱਤੀ ਗਈ ਹੈ, ਤਾਂ ਮੇਰੇ ਓਪੀਨੀਅਨ 'ਚ ਇੱਦਾਂ ਦਾ ਕੁਛ ਨਹੀਂ ਹੈ। ਹਾਂ, ਟਰੈਵਲ ਰਿਸਟ੍ਰਿਕਸ਼ਨ ਜ਼ਰੂਰ ਲਗਾਈਆਂ ਗਈਆਂ ਨੇ ਕੁਝ ਕੰਟਰੀਜ਼ 'ਚ, ਉਹ ਵੀ ਮੇਰਾ ਸਟੂਡੈਂਟਸ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ, ਇਹ ਟਾਈਮ ਹੈਗਾ ਕਿ ਸਾਨੂੰ ਪ੍ਰੀਕੋਸ਼ਨ ਲੈਣੀ ਚਾਹੀਦੀ ਹੈ। ਉਹਦੇ ਨਾਲ ਕੀ ਹੋਏਗਾ ਕਿ ਹਰ ਇੱਕ ਦੀ ਸੇਫਟੀ ਇੰਪੋਰਟੈਂਟ ਹੈ। ਜਿਨ੍ਹਾਂ ਨੇ ਆਪਣੇ ਵੀਜ਼ਾਜ਼ ਅਪਲਾਈ ਕੀਤੇ ਹੋਏ ਆ ਜਾਂ ਜਿਨ੍ਹਾਂ ਦੇ ਵੀਜ਼ਾਜ਼ ਆ ਗਏ ਹੈ, ਉਹ ਆਪਣੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਡਿਪਾਰਟਮੈਂਟ ਨਾਲ ਕੰਟੈਕਟ ਕਰਨ ਕਿ ਉਹਨਾਂ ਦਾ ਅਗਲਾ ਸਟੈਪ ਆਫ ਐਕਸ਼ਨ ਕੀ ਹੋਣਾ ਚਾਹੀਦਾ। ਹੁਣ ਜਿਵੇਂ ਮੈਂ ਗੱਲ ਕਰਾਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀ, ਹੁਣ ਇਹਨਾਂ ਦੀ ਗਵਰਨਮੈਂਟਸ ਨੇ ਬਹੁਤ ਪ੍ਰੀਕੋਸ਼ਨਸ ਇਹ ਲੈ ਰਹੇ ਹਾਂ, ਤਾਂ ਇਹਨਾਂ ਨੇ 14 ਡੇਜ਼ ਦੀ ਆਈਸੋਲੇਸ਼ਨ ਜੋ ਵੀ ਬਾਹਰੋਂ ਟਰੈਵਲਰ ਆ ਰਿਹਾ ਉਹਨਾਂ ਲਈ ਕੰਪਲਸਰੀ ਕੀਤੀ ਹੈ। ਸੋ ਦੈਟ ਡਜ਼ਨਟ ਮੀਨ ਕਿ ਉਹਨਾਂ ਨੇ ਰਿਸਟ੍ਰਿਕਸ਼ਨ ਲਗਾਤੀ ਹੈ, 14 ਡੇਜ਼ ਦੀ ਆਈਸੋਲੇਸ਼ਨ ਹੈ। ਤਾਂ ਸਟੂਡੈਂਟਸ ਨੂੰ ਮੇਰੀ ਸੁਜੈਸ਼ਨ ਇਹੀ ਰਹੇਗੀ ਕਿ ਜੇ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਜਦੋਂ ਵੀ ਤੁਹਾਡੀ ਇਨਟੇਕ ਸਟਾਰਟ ਹੋਣ ਵਾਲੀ ਹੈ ਤੁਸੀਂ 2 weeks ਪਹਿਲਾਂ ਆਪਣਾ ਪਲਾਨ ਕਰੋ। ਪ੍ਰੀਕੋਸ਼ਨ ਲੈਣੀ ਬਹੁਤ ਜ਼ਰੂਰੀ ਹੈ, ਇਸ ਚੀਜ਼ ਦਾ ਹਰ ਇੱਕ ਨੂੰ ਖਿਆਲ ਰੱਖਣਾ ਚਾਹੀਦਾ, ਬਟ ਪੈਨਿਕ ਹੋਣ ਦੀ ਇਸ ਵਿੱਚ ਕੋਈ ਲੋੜ ਨਹੀਂ ਹੈ। ਸਾਡਾ ਇਸ ਟਾਈਮ ਸਾਨੂੰ ਆਪਣੇ ਆਪ ਨੂੰ ਅਵੇਅਰ ਰੱਖਣ ਦੀ ਜ਼ਿਆਦਾ ਜ਼ਰੂਰਤ ਹੈ ਕਿ ਆਪਾਂ ਰੈਗੂਲਰਲੀ ਇਨ ਟੱਚ ਰਹੀਏ, ਚੱਲ ਕੀ ਰਿਹਾ, ਰੋਜ਼ ਦੀ ਆਪਾਂ ਨਿਊਜ਼ ਪੜ੍ਹੀਏ। ਸੋ ਵੀਜ਼ਾਜ਼ ਬੰਦ ਹੋ ਗਏ ਹੈ, ਆਈ ਡੋਂਟ ਥਿੰਕ ਸੋ ਐਸਾ ਕੁਛ ਹੈ ਜੀ। ਅਤੇ ਬਿਲਕੁਲ, ਸਟੂਡੈਂਟਸ ਦੇ ਵਿੱਚ ਪੈਨਿਕ ਹੈ ਕਿ ਸਟੂਡੈਂਟਸ ਦੀ ਕੁਐਰੀਜ਼ ਵੀ ਇਸਦੇ ਨਾਲ ਨਾਲ ਵਧੀਆ ਨੇ ਤੁਹਾਡੇ ਕੋਲ ਬਹੁਤ ਜ਼ਿਆਦਾ, ਕਿਉਂਕਿ ਜਿੱਥੇ ਸਟੂਡੈਂਟਸ ਤਿਆਰੀ ਵਿੱਚ ਸੀਗੇ ਕਿ ਹੁਣ ਬਸ ਸਾਡੀ ਫਲਾਈਟ ਲੱਗਣੀ ਹੈ, ਅਸੀਂ ਪਹੁੰਚ ਜਾਣਾ ਜੀ ਆਪਣੇ ਜਿੱਥੇ ਵਿਦੇਸ਼ ਜਾਣਾ ਚਾਹੁੰਦੇ ਹਾਂ, ਅਤੇ ਉਸ ਬਾਬਤ ਵੀ ਕੁਐਰੀਜ਼ ਕਿਸ ਤਰ੍ਹਾਂ ਦੀ ਹੁਣ ਸਟੂਡੈਂਟਸ ਦੇ ਅੰਦਰ ਦਿਖ ਰਹੀਆਂ? ਹਾਂਜੀ ਬਿਲਕੁਲ, ਕੁਐਰੀਜ਼ ਤਾਂ ਆ ਰਹੀਆਂ ਨੇ, ਪੇਰੈਂਟਸ ਨੂੰ ਵੀ ਕੰਸਰਨ ਹੈ, ਸਟੂਡੈਂਟਸ ਨੂੰ ਵੀ ਕੰਸਰਨ ਹੈ, ਬਟ ਸਾਡੀ ਸੁਜੈਸ਼ਨ ਇਹੀ ਹੁੰਦੀ ਹੈ ਕਿ ਆਪਾਂ ਰੈਗੂਲਰਲੀ ਯੂਨੀਵਰਸਿਟੀਜ਼ ਦੇ ਇਨ ਟੱਚ 'ਚ ਹਾਂ, ਜੋ ਵੀ ਸਾਨੂੰ ਅਪਡੇਟਸ ਮਿਲਦੀਆਂ ਨੇ ਅਸੀਂ ਨਾਲ ਦੀ ਨਾਲ ਸਟੂਡੈਂਟਸ ਨੂੰ ਪਾਸ ਔਨ ਕਰਦੇ ਹਾਂ। ਜੇ ਕੋਈ ਟਰੈਵਲ ਰਿਸਟ੍ਰਿਕਸ਼ਨ ਹੈ ਤਾਂ ਜੋ ਵੀ ਯੂਨੀਵਰਸਿਟੀ ਵੱਲੋਂ ਸਾਨੂੰ ਅਪਡੇਟ ਅਸੀਂ ਸਟੂਡੈਂਟਸ ਨੂੰ ਦਿੰਦੇ ਹਾਂ। ਕੀ ਆਪਾਂ ਹੁਣ ਤਾਜ਼ਾ ਅਪਡੇਟਸ ਕਹਿ ਸਕਦੇ ਹਾਂ, ਚਾਹੇ ਕੈਨੇਡਾ ਦੀ ਗੱਲ ਕਰੀਏ, ਕਿਉਂਕਿ ਕੈਨੇਡਾ ਵੱਲੋਂ ਵੀ ਇਹ ਚੀਜ਼ ਆਈ ਹੈ ਕਿ ਜਿਹੜੇ ਉੱਥੋਂ ਦੇ ਸਿਟੀਜ਼ਨਸ ਨੇ ਜਾਂ ਫਿਰ ਜਿਨ੍ਹਾਂ ਨੂੰ PR ਮਿਲੀ ਹੋਈ ਹੈ ਉਹੀ ਉੱਥੇ ਫਿਲਹਾਲ ਫਲਾਈਟਸ ਦੇ ਥਰੂ ਆ ਸਕਦੇ ਨੇ, ਬਾਕੀਆਂ 'ਤੇ ਰੋਕ ਲਗਾਈ ਗਈ ਹੈ। ਦੇਖੋ ਮੈਂ ਇਸ ਦੇਖੋ ਮੇਰਾ ਜੋ ਵੀ ਹੈਗਾ ਫੀਡਬੈਕ ਬੇਸਡ ਔਨ ਸਟੂਡੈਂਟਸ ਹੈ ਜੋ ਇਸ ਟਾਈਮ ਕੈਨੇਡਾ 'ਚ ਹੈ, ਜੋ ਸਾਡੇ ਸਟੂਡੈਂਟਸ ਗਏ ਹੋਏ ਹੈ, ਐਜ਼ ਆ ਪ੍ਰੀਕੋਸ਼ਨ ਉੱਥੇ ਯੂਨੀਵਰਸਿਟੀਜ਼ ਕੀ ਕਰ ਰਹੀਆਂ ਨੇ ਕਿ ਔਨਲਾਈਨ ਕਲਾਸਿਸ ਕੰਡਕਟ ਕਰ ਰਹੀਆਂ ਸਟੂਡੈਂਟਸ ਦੀਆਂ। ਸੋ ਬੇਸਿਕਲੀ ਇਹਦੇ 'ਚ ਕੀ ਹੈ, ਕਰੋਨਾ ਵਾਇਰਸ 'ਚ ਯੂਨੀਵਰਸਿਟੀਜ਼ ਪ੍ਰੀਕੋਸ਼ਨ ਕੀ ਲੈ ਰਹੀਆਂ ਕਿ ਗੈਦਰਿੰਗ ਨੂੰ ਅਵੋਇਡ ਕਰਨਾ, ਪਬਲਿਕ 'ਚ ਅਵੋਇਡ ਕਰਨਾ ਕਿ ਜਿੱਥੇ ਇਹ ਫੈਲ ਸਕਦਾ, ਤਾਂ ਫੋਰ ਦੈਟ ਦੇ ਆਰ ਟੇਕਿੰਗ ਔਨਲਾਈਨ ਕਲਾਸਿਸ, ਜੋ ਕਿ ਬਹੁਤ ਅੱਛਾ ਸਾਡੇ ਸਟੂਡੈਂਟਸ ਲਈ। ਥੈਂਕ ਯੂ ਸੋ ਮਚ ਜੀ ਕਿ ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ, ਕਿਉਂਕਿ ਸਟੂਡੈਂਟਸ ਵਿੱਚ ਖਾਸ ਤੌਰ 'ਤੇ ਉਹਨਾਂ ਸਟੂਡੈਂਟਸ ਵਿੱਚ ਜੋ ਸਟੱਡੀ ਵੀਜ਼ਾ ਲਗਵਾ ਕੇ ਅਬਰੋਡ ਜਾਣਾ ਚਾਹੁੰਦੇ ਨੇ, ਜਿਨ੍ਹਾਂ ਦਾ ਪ੍ਰੋਸੈਸ ਚੱਲਦਾ ਪਿਆ, ਉਹਨਾਂ ਦੇ ਦਿਮਾਗ 'ਚ ਇੱਕ ਕੁਐਸਚਨ ਮਾਰਕ, ਇੱਕ ਕੁਐਰੀ ਜ਼ਰੂਰ ਆਉਂਦੀ ਹੈ ਕਿ ਹੁਣ ਅੱਗੋਂ ਕਦੋਂ ਅਸੀਂ ਕਦੋਂ ਜਾ ਸਕਾਂਗੇ। ਸੋ ਕਰੋਨਾ ਵਾਇਰਸ ਕਰਕੇ ਥੋੜ੍ਹੇ ਟਾਈਮ ਲਈ ਭਾਵੇਂ ਚੀਜ਼ਾਂ 'ਤੇ ਰੋਕ ਲਗਾ ਦਿੱਤੀ ਗਈ ਹੈ, ਬਟ ਇਸਦਾ ਇਹ ਮਤਲਬ ਨਹੀਂ ਹੈ ਕਿ ਪੂਰੀ ਤਰ੍ਹਾਂ ਨਾਲ ਰੋਕ ਲੱਗ ਗਈ ਹੈ। ਕਰੋਨਾ ਵਾਇਰਸ ਦਾ ਕਹਿਰ ਜਿਵੇਂ ਹੀ ਰੁਕੇਗਾ, ਤੁਸੀਂ ਆਪਣੇ ਜੋ ਮੰਜ਼ਿਲ ਹੈ ਵਿਦੇਸ਼ ਜਾਣਾ ਚਾਹੁੰਦੇ ਹੋ, ਸੁਪਨਿਆਂ ਦੀ ਮੰਜ਼ਿਲ ਪਹੁੰਚਣਾ ਚਾਹੁੰਦੇ ਹੋ, ਉੱਥੇ ਜ਼ਰੂਰ ਪਹੁੰਚ ਜਾਓਗੇ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੀ ਜਾਣਕਾਰੀ ਲਈ। ਥੈਂਕ ਯੂ। ਜਿਵੇਂ ਤੁਹਾਨੂੰ ਪਤਾ ਕਰੋਨਾ ਵਾਇਰਸ ਚੱਲ ਰਿਹਾ ਅਤੇ ਇਸਦਾ ਇਮੀਗ੍ਰੇਸ਼ਨ ਸੈਕਟਰ 'ਤੇ ਕੀ ਇਫੈਕਟ ਪੈ ਰਿਹਾ ਜੀ? ਬਿਲਕੁਲ ਨੀਰਜ ਜੀ, ਜਿੱਦਾਂ ਕਰੋਨਾ ਵਾਇਰਸ ਅੱਜ ਦੇ ਟਾਈਮ ਪੂਰੇ ਵਰਲਡ ਦੇ ਵਿੱਚ ਹੀ ਜਿਹੜਾ ਹੈਗਾ ਦਿਨ ਪਰ ਦਿਨ ਆਪਾਂ ਦੇਖ ਰਹੇ ਹਾਂ, ਜਿਹੜੇ ਹਾਲਾਤ ਹੈਗੇ ਆ ਥੋੜ੍ਹੇ ਹੋਰ ਵਿਚਿੰਦਾ ਹੋ ਰਹੇ ਆ, ਬੱਤਰ ਹੋ ਰਹੇ ਆ ਪਹਿਲਾਂ ਨਾਲੋਂ। ਲੇਕਿਨ ਕੁਛ ਜਿਹੜਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਰਿਕਵਰ ਬਹੁਤ ਜ਼ਿਆਦਾ ਜਿਹੜਾ ਹੈਗਾ, ਜਿਹੜਾ ਪੇਸ਼ੈਂਟ ਸੀਗਾ ਕਰੋਨਾ ਵਾਇਰਸ ਦਾ, ਰਿਕਵਰ ਹੋ ਰਿਹਾ ਬਹੁਤ ਜ਼ਿਆਦਾ। ਟਰੈਵਲ ਇੰਡਸਟਰੀ ਦੀ ਆਪਾਂ ਗੱਲ ਕਰੀਏ, ਦੇਖੋ ਨੀਰਜ ਜੀ, ਜਿਹੜਾ ਤਾਂ ਬਿਜ਼ਨਸ ਸੀਗਾ ਜਿਵੇਂ ਟਿਕਟਿੰਗ ਦਾ ਬਿਜ਼ਨਸ ਸੀ, ਟੂਰ ਪੈਕੇਜ ਦਾ ਸੀਗਾ, ਇਹਨੂੰ ਤਾਂ ਬਹੁਤ ਵੱਡਾ ਜਿਹੜਾ ਫਰਕ ਪਿਆ ਆ। ਬਟ ਸਟੱਡੀ ਵੀਜ਼ਾ ਦਾ ਜਿਹੜੇ ਲੋਕਾਂ ਦਾ ਕਾਰੋਬਾਰ ਆ, ਜਿਵੇਂ ਗਲੋਬਲ ਵੀਜ਼ਾ ਹੈਲਪਲਾਈਨ ਦੇ ਡਾਇਰੈਕਟਰ ਹੋਣ ਦੇ ਨਾਤੇ ਮੈਂ ਕਹਿਣਾ ਚਾਹਾਂਗਾ, ਸਟੱਡੀ ਵੀਜ਼ਾ ਜਿਹੜੇ ਵੀ ਵਿਦਿਆਰਥੀ ਨੇ ਅਪਲਾਈ ਕਰਨਾ ਹੈਗਾ, ਪ੍ਰੋਪਰ VFS ਖੁੱਲ੍ਹੇ ਹੈਗੇ ਆ, ਅੰਬੈਸੀਜ਼ ਦੇ ਵਿੱਚ ਵਰਕ ਸਟਾਰਟ ਹੈਗਾ। ਕੁਛ ਕੰਟਰੀਜ਼ ਦੇ ਵੱਲੋਂ ਰੋਕ ਲਾਈ ਗਈ ਆ ਇਸ ਟਾਈਮ 'ਤੇ, ਜਿਹੜੇ ਬੱਚਿਆਂ ਕੋਲ ਵੀਜ਼ਾ ਹੈ, ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ ਜਾਂ ਸੁਪਰ ਵੀਜ਼ਾ ਹੈਗਾ, ਜਿਵੇਂ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਜੇ ਤੁਹਾਡੇ ਕੋਲ ਉੱਥੋਂ ਦਾ ਕੋਈ ਵੀ ਵਰਕ ਪਰਮਿਟ ਆ ਜਾਂ ਸਟੱਡੀ ਵੀਜ਼ਾ ਹੈਗਾ ਜਾਂ ਸੁਪਰ ਵੀਜ਼ਾ ਹੈਗਾ, ਤੁਹਾਡੇ ਕੈਨੇਡਾ ਆਉਣ 'ਤੇ ਫਿਲਹਾਲ ਰੋਕ ਲੱਗੀ ਹੋਈ ਆ।
ਟਰੈਵਲ ਜਿਹੜਾ ਹੈਗਾ ਨਹੀਂ ਕਰਨਾ ਚਾਹੀਦਾ ਕੈਨੇਡਾ ਦੇ ਲਈ। ਜੇ ਤੁਹਾਡੇ ਕੋਲ ਪਰਮਾਨੈਂਟ ਰੈਜ਼ੀਡੈਂਸੀ ਹੈਗੀ ਆ ਜਾਂ ਤੁਸੀਂ ਸਿਟੀਜ਼ਨ ਹੈਗੇ ਹੋ ਕੈਨੇਡਾ ਦੇ, ਫਿਰ ਤੁਸੀਂ ਕੈਨੇਡਾ ਦੇ ਲਈ ਟਰੈਵਲ ਕਰ ਸਕਦੇ ਹੈਗੇ ਹੋ। ਸੋ ਇਹਦੇ ਲਈ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਜਿਹੜੇ ਵਿਦਿਆਰਥੀਆਂ ਦਾ ਵੀਜ਼ਾ ਮਈ ਇਨਟੇਕ ਦੇ ਲਈ ਆਇਆ ਹੋਇਆ ਜਾਂ ਟੂਰਿਸਟ ਵੀਜ਼ਾ ਜਿਹਨਾਂ ਦਾ ਲੱਗਿਆ ਹੈਗਾ, ਉਹ ਥੋੜ੍ਹਾ ਵੇਟ ਕਰਕੇ ਜਦੋਂ ਤੱਕ ਅਗਲੇ ਆਪਣੇ ਜਿਹੜਾ ਸਰਕਾਰ ਵੱਲੋਂ ਕੋਈ ਵੀ ਐਲਾਨ ਨਹੀਂ ਹੁੰਦਾ ਉਦੋਂ ਤੱਕ ਆਪਣੀ ਟਿਕਟਾਂ ਨੂੰ ਹੋਲਡ ਕਰਨਾ ਚਾਹੀਦਾ, ਅਤੇ ਤਾਂ ਕਿ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਸਰ ਇਸ ਤੋਂ ਇਲਾਵਾ ਨੈਕਸਟ ਜਿਹੜਾ ਇਨਟੇਕ ਹੈ ਉਸਦੇ ਲਈ ਤੁਹਾਡਾ ਸਟੂਡੈਂਟਸ ਨੂੰ ਕੀ ਗਾਈਡੈਂਸ ਹੈ, ਤੁਹਾਡੇ ਵੱਲੋਂ ਕੀ ਗਾਈਡੈਂਸ ਹੈ? ਨੀਰਜ ਜੀ, ਨੈਕਸਟ ਜਿਹੜਾ ਇਨਟੇਕ ਹੈਗਾ ਉਹਦੇ ਲਈ ਸਰਕਾਰ ਜਦੋਂ ਵੀ ਹੁਣ ਜਿਹੜਾ ਹੁਣ ਕੁਛ ਆਪਾਂ ਇਨਟੇਕ ਦੀ ਗੱਲ ਕਰੀਏ, ਜਿਹੜੇ ਯੂਕੇ ਦਾ ਜਿਹੜਾ ਇਨਟੇਕ ਸੀਗਾ ਮਈ ਇਨਟੇਕ ਨੂੰ ਡੈਫਰ ਕਰਕੇ ਅੱਗੇ ਜੂਨ ਦੇ ਵਿੱਚ ਕਲਾਸਾਂ ਸਟਾਰਟ ਹੋ ਰਹੀਆਂ ਨੇ ਜਿਹੜੇ ਯੂਕੇ ਵਿਦਿਆਰਥੀਆਂ ਨੇ ਜਾਣਾ ਸੀ। ਸੋ ਦੋ ਚੀਜ਼ਾਂ ਹੈਗੀਆਂ ਨੇ, ਜੇ ਤੁਸੀਂ ਆਪਣਾ ਪ੍ਰੋਸੈਸ ਹਲੇ ਸ਼ੁਰੂ ਕਰਨਾ ਹੈਗਾ ਤਾਂ ਤੁਹਾਡੇ ਲਈ ਬਹੁਤ ਚੰਗਾ ਟਾਈਮ ਹੈ, ਤੁਸੀਂ ਆਪਣਾ ਕੇਸ ਆ ਕੇ ਸਾਡੇ ਕੋਲ ਫਾਈਲ ਕਰ ਸਕਦੇ ਹੋ, ਪ੍ਰੋਸੈਸ ਆਪਣਾ ਸਟਾਰਟ ਕਰ ਸਕਦੇ ਹੋ, ਵੀਜ਼ਾ ਆਪਣਾ ਲਗਵਾ ਸਕਦੇ ਹੈਗੇ ਹੋ। ਅੰਬੈਸੀਜ਼ ਓਪਨ ਹੈਗੀਆਂ, ਸਾਡੇ ਆਫਿਸਿਸ ਜਿਹੜੇ ਹੈਗੇ ਓਪਨ ਹੈਗੇ ਆ, ਚੰਡੀਗੜ੍ਹ, ਖੰਨਾ, ਜਲੰਧਰ, ਕਿਸੇ ਆਫਿਸ ਦੇ ਵਿੱਚ ਵੀ ਜਾ ਕੇ ਤੁਸੀਂ ਆਪਣਾ ਪ੍ਰੋਸੈਸ ਕਰਵਾ ਸਕਦੇ ਹੋ। ਫਿਲਹਾਲ ਦੀ ਘੜੀ ਜਿਹੜਾ 2-3 ਹਫ਼ਤੇ ਦਾ ਟਾਈਮ ਮੰਨਿਆ ਜਾ ਰਿਹਾ ਸਾਰੀ ਇੰਡਸਟਰੀ ਵੱਲੋਂ ਵੀ ਉੱਥੇ ਜਾਣ 'ਤੇ ਰੋਕ ਲੱਗੀ ਹੋਈ ਆ ਸਿਰਫ ਕੈਨੇਡਾ ਦੇ ਵਿੱਚ, ਬਟ ਹੋਰ ਕੰਟਰੀਜ਼ ਦੀ ਆਪਾਂ ਗੱਲ ਕਰੀਏ ਜਿਵੇਂ ਯੂਕੇ ਨੇ ਵੀ ਜਿਹੜੇ ਉਹਨਾਂ ਦੇ ਲੋਕ ਬਾਹਰ ਰਹਿ ਰਹੇ ਆ ਜਾਂ ਆਸਟ੍ਰੇਲੀਆ ਦੇ ਲੋਕ ਜਿਹੜੇ ਬਾਹਰ ਰਹਿ ਰਹੇ ਆ ਉਹਨਾਂ ਦੀ ਕੰਟਰੀ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਹੈਗਾ, ਬਟ ਫਿਲਹਾਲ ਦੀ ਘੜੀ ਸਿਰਫ ਕੈਨੇਡਾ 'ਤੇ ਰੋਕ ਲੱਗੀ ਆ। ਦੂਸਰੀ ਆਪਾਂ ਗੱਲ ਕਰੀਏ ਯੂਕੇ ਦਾ ਵੀ ਤੁਸੀਂ ਵੀਜ਼ਾ ਲਗਵਾ ਕੇ ਹਲੇ ਫਿਲਹਾਲ ਟਰੈਵਲ ਕਰ ਸਕਦੇ ਹੋ, ਆਸਟ੍ਰੇਲੀਆ ਦਾ ਵੀ ਤੁਸੀਂ ਟਰੈਵਲ ਕਰ ਸਕਦੇ ਹੈਗੇ ਹੋ, ਪਰ ਹਲੇ ਜਿਹੜਾ ਹੈਗਾ ਰੁਕਣ ਦੀ ਲੋੜ ਹੈਗੀ ਆ ਤਾਂ ਕਿ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਥੋੜ੍ਹਾ ਜਿਹੜਾ ਹੈਗਾ ਸਮਾਂ ਰੁਕ ਕੇ ਹੀ ਤੁਹਾਨੂੰ ਟਰੈਵਲ ਕਰਨਾ ਚਾਹੀਦਾ, ਜਿੰਨੇ ਟਾਈਮ 'ਚ ਆਪਣੇ ਹਾਲਾਤ ਜਿਹੜੇ ਥੋੜ੍ਹੇ ਸੁਧਰ ਨਹੀਂ ਜਾਂਦੇ ਉਹਨਾਂ ਟਾਈਮ ਆਪਣਾ ਤੁਸੀਂ ਕੇਸ ਪ੍ਰੋਸੈਸ ਕਰਕੇ ਆਪਣਾ ਵੀਜ਼ਾ ਲਗਵਾ ਕੇ ਰੱਖ ਸਕਦੇ ਹੋ। ਵੀਜ਼ਾ ਚਾਂਸਿਸ 'ਤੇ ਬਹੁਤ ਲੋਕ ਘਬਰਾਏ ਹੋਏ ਆ ਵੀ ਕਿਤੇ ਅਸੀਂ ਇਸ ਟਾਈਮ 'ਚ ਆਪਣਾ ਕੇਸ ਅਪਲਾਈ ਕਰੀਏ ਕਿਤੇ ਰਿਫਿਊਜ਼ਲ ਨਾ ਸਾਡੀ ਆ ਜਾਵੇ। ਸੋ ਬੱਚਿਓ, ਡਰਨ ਦੀ ਕੋਈ ਲੋੜ ਨਹੀਂ ਹੈ, ਜਿਹੜਾ ਤੁਹਾਡਾ ਕੇਸ ਹੈਗਾ ਬਿਲਕੁਲ ਪੋਜ਼ਿਟਿਵ ਤਰੀਕੇ ਨਾਲ ਉੱਦਾਂ ਹੀ ਦੇਖਿਆ ਜਾਏਗਾ ਜਿੱਦਾਂ ਪਹਿਲਾਂ ਆਪਣਾ ਜਿਹੜਾ ਸਾਰਾ ਉਹਦੇ ਪ੍ਰੋਸੈਸ ਹੁੰਦਾ ਸੀ, ਹੁਣ ਵੀ ਤੁਹਾਡਾ ਸਕਸੈਸ ਰੇਟ ਜਿਹੜਾ ਹੈਗਾ ਪਹਿਲਾਂ ਵਾਂਗੂ ਹੀ ਚੱਲ ਰਿਹਾ। ਸਿਰਫ ਤੁਹਾਡੇ ਜਾਣ 'ਤੇ ਕੁਛ ਕੰਟਰੀਜ਼ ਵੱਲੋਂ ਰੋਕ ਲੱਗੀ ਹੋਈ ਆ, ਉਹ ਇਕੱਲੇ ਸਟੂਡੈਂਟ 'ਤੇ ਨਹੀਂ ਹੈਗੀ, ਹਰ ਇੱਕ ਸ਼੍ਰੇਣੀ ਦੇ ਜਿਹੜੀ ਕੈਟਾਗਰੀ ਹੈਗੀ ਹਰ ਇੱਕ ਸ਼੍ਰੇਣੀ 'ਤੇ ਹੈਗੀ ਆ। ਸਿਰਫ ਉਹਨਾਂ ਦੇ ਆਪਣੇ PR ਹੋਲਡਰ ਜਿਹੜੇ ਸਿਟੀਜ਼ਨ ਹੈਗੇ ਆ ਉਹਨਾਂ ਲੋਕਾਂ ਨੂੰ ਛੱਡ ਕੇ ਤੁਹਾਡੇ ਕੋਲ ਕੋਈ ਵੀ ਵੀਜ਼ਾ ਹੈਗਾ, ਚਾਹੇ ਤੁਹਾਡੇ ਕੋਲ ਸਟੱਡੀ ਵੀਜ਼ਾ, ਚਾਹੇ ਟੂਰਿਸਟ ਵੀਜ਼ਾ, ਚਾਹੇ ਸੁਪਰ ਵੀਜ਼ਾ ਆ, ਚਾਹੇ ਵਰਕ ਪਰਮਿਟ ਆ, ਤੁਹਾਨੂੰ ਉਹਦੇ 'ਤੇ ਸਿਰਫ ਜਾਣ 'ਤੇ ਰੋਕ ਲੱਗੀ ਆ। ਲੇਕਿਨ ਜਿਹੜੇ ਵਿਦਿਆਰਥੀ ਨਵਾਂ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਨੇ ਮਈ ਸਪਤੰਬਰ ਇਨਟੇਕ ਲਈ, ਉਹ ਆਪਣਾ ਬਿਲਕੁਲ ਅਪਲਾਈ ਕਰ ਸਕਦੇ ਆ ਅਤੇ ਵੀਜ਼ਾ ਲੈ ਕੇ ਆਪਣਾ ਰੱਖ ਸਕਦੇ ਹੈਗੇ ਆ, ਕਿਉਂਕਿ ਪ੍ਰੋਸੈਸ ਹੋਣ ਨੂੰ ਵੀ ਜਿਹੜਾ ਟਾਈਮ ਲੱਗਣਾ ਆ, ਤਕਰੀਬਨ ਕਿਸੇ ਵੀ ਕੰਟਰੀ ਦੀ ਆਪਾਂ ਗੱਲ ਕਰੀਏ, ਕੈਨੇਡਾ, ਆਸਟ੍ਰੇਲੀਆ, ਯੂਕੇ ਦੀ ਆਪਾਂ ਗੱਲ ਕਰੀਏ, 2-2.5 ਮਹੀਨੇ ਦਾ ਪ੍ਰੋਸੈਸ ਜਿਹੜਾ ਹੈਗਾ ਕਿਸੇ ਵੀ ਕੇਸ ਦੇ ਉੱਪਰ ਨੇੜੇ ਜੀ ਲੱਗਦਾ ਹੈਗਾ। ਸੋ ਵਿਦਿਆਰਥੀਆਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ, ਸਹੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਆ। ਸੋ ਇਹੀ ਹੈਗਾ ਵੀ ਆਪਣੀ ਕੇਅਰ ਕਰੋ, ਪ੍ਰੋਪਰ ਆਪਣਾ ਪ੍ਰੋਸੈਸ ਤੁਸੀਂ ਕਰਵਾ ਕੇ ਆਪਣਾ ਵੀਜ਼ਾ ਲਗਵਾ ਕੇ ਰੱਖ ਸਕਦੇ ਹੋ, ਉਹਦੇ 'ਚ ਤੁਹਾਨੂੰ ਕੋਈ ਵੀ ਪੈਨਿਕ ਹੋਣ ਦੀ ਲੋੜ ਨਹੀਂ ਆ। ਜਿਹੜੇ ਵਿਦਿਆਰਥੀ ਨੇ ਕਲਾਸਾਂ ਨੇੜੇ ਸੀਗੀਆਂ, ਜਿਨ੍ਹਾਂ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਨੇ, ਉਹਨਾਂ ਤੋਂ ਵੀ ਕੋਈ ਘਬਰਾਉਣ ਦੀ ਲੋੜ ਨਹੀਂ, ਉਹਨਾਂ ਦੇ ਡੈਫ ਲੈਟਰ ਜਿਹੜੇ ਹੈਗੇ ਆ ਸਾਡੇ ਵੱਲੋਂ ਆਲਰੇਡੀ ਮੰਗਵਾਏ ਜਾ ਚੁੱਕੇ ਆ, ਜਿਨ੍ਹਾਂ ਦਾ ਨਹੀਂ ਡੈਫਰ ਆਇਆ ਤਾਂ ਉਹਨਾਂ ਦਾ ਵੀ ਇਨਟੇਕ ਜਿਹੜਾ ਹੈਗਾ ਉਹ ਅੱਗੇ ਡੈਫਰ ਹੋ ਜਾਏਗਾ, ਉਹ 'ਚ ਕੋਈ ਵੀ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੀ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ